ਪਰ ਉੱਥੇ ਇੱਕ ਫਾਰਮ ਉਹ ਦਿੰਦੇ ਆ, ਪਰ ਉੱਥੇ ਮੈਂ ਆਪ ਲਿਖਿਆ ਵੀ ਮੈਨੂੰ ਉੱਥੇ 4 ਦਿਨ ਪਹਿਲਾਂ ਬੁਖਾਰ ਆਇਆ ਸੀ, ਠੀਕ ਹੋ ਗਿਆ ਸੀਗਾ, ਬੱਚੇ ਨੂੰ ਮੈਂ ਖੰਘ ਲਿਖੀ ਸੀ, ਮਾੜੀ ਜਿਹੀ ਖੰਘ ਸੀ। ਏਅਰਪੋਰਟ ਦੇ ਵੀ ਵਿੱਚ ਬਣਾ ਕੇ ਬੈਠੇ ਰਹੇ, ਬਾਅਦ ਸਾਡੇ ਸੈਂਪਲ ਲੈ ਗਏ ਤਾਂ ਉਹ ਦਿੱਲੀ ਭੇਜੇ ਗਏ, ਉਹ 4 ਦਿਨ ਬਾਅਦ ਉਹਦੇ ਵਿੱਚ ਮੈਂ ਇਸ ਚੀਜ਼ ਦਾ ਮਰੀਜ਼ ਬਣਿਆ। ਇਹ ਤਾਂ ਹੁਣ ਤੁਸੀਂ ਆਪਣੇ ਘਰ ਦੇ ਗੇਟ ਨੂੰ ਵੀ ਹੱਥ ਲਾਉਣਾ, ਕੱਪੜਾ ਪਾ ਕੇ ਲਾਓ ਵੀ ਬਾਹਰੋਂ ਆਪਾਂ ਇੱਕ ਅਪਰ ਅੰਦਰ ਚੱਲੇ ਹਾਂ, ਪਰਿਵਾਰ 'ਚ ਬਿਮਾਰੀ ਲੈ ਕੇ ਆਏ, ਜਿਹੜਾ ਬਾਹਰ ਵਾਲਾ ਬੰਦਾ ਆ ਰਿਹਾ ਹੈ ਨਾ ਉਹ ਬਿਮਾਰੀ ਲੈ ਕੇ ਆ ਰਿਹਾ, ਜਿੱਦਾਂ ਉੱਥੇ ਘਬਰਾਉਣ ਦੀ ਲੋੜ ਇਹ ਆ ਵੀ ਹੁਣ ਤੋਂ ਤੁਸੀਂ ਜੇ ਖੁਰਾਕ ਆਪਣੀ ਫਿੱਟ ਕਰ ਲਈ, ਸਲਾਦ ਖਾਣ ਲਾ ਪਾਓ, ਫਰੂਟ ਖਾਣ ਲਾ ਪਾਓ, ਜੋ ਕੁਛ ਮਿਲਦਾ। ਸਭ ਤੋਂ ਮੈਂ ਤਾਂ ਜ਼ਿਆਦਾ ਛੋਲਿਆਂ ਦੀ ਤਰੀ ਦਾ ਸੂਪ ਪੀਤਾ, ਛੋਲਿਆਂ ਦੀ ਸਬਜ਼ੀ ਨਾਲ ਰੋਟੀ ਖਾਧੀ ਮਹੀਨਾ, ਰੋਜ਼ ਮੈਨੂੰ ਸੂਪ ਜਾਂਦਾ ਸੀ ਗਰਮ ਪਾਣੀ। ਮਜ਼ਬੂਤ ਇੱਛਾ ਸ਼ਕਤੀ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣਾ ਹੀ ਇੱਕ ਜ਼ਰੀਆ ਹੈ ਕੋਰੋਨਾ ਤੋਂ ਬਚਣ ਦਾ। ਜੇ ਕਿਸੇ ਨੂੰ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਸ਼ੱਕ ਹੈ, ਉਸ ਨੂੰ ਡਰਨ, ਘਬਰਾਉਣ ਅਤੇ ਭੱਜਣ ਦੀ ਲੋੜ ਨਹੀਂ, ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਕਹਿਣਾ ਹੈ ਪੰਜਾਬ ਵਿੱਚ ਕੋਰੋਨਾ ਤੋਂ ਪਹਿਲੇ ਪੀੜਤ ਪਾਏ ਜਾਣ ਤੋਂ ਬਾਅਦ ਸਹੀ ਇਲਾਜ ਤੋਂ ਬਾਅਦ ਹੁਣ ਠੀਕ ਹੋ ਚੁੱਕੇ ਇਟਲੀ ਤੋਂ ਪਰਤੇ ਗੁਰਦੀਪ ਸਿੰਘ ਦਾ। ਠੀਕ ਹੈ ਜੀ, ਅਤੇ ਬੁਖਾਰ ਚੜ੍ਹਨ ਤੋਂ ਬਾਅਦ ਨੋਰਮਲ ਦਵਾਈ ਨਾਲ ਠੀਕ ਹੋ ਗਿਆ। ਮੈਂ ਇੱਥੇ ਟਿਕਟ ਲਈ ਸੀ, ਬੱਚਿਆਂ ਨੂੰ ਛੁੱਟੀਆਂ ਹੋਈਆਂ ਸੀਗੀਆਂ ਤਾਂ ਮੈਨੂੰ ਵੀ ਛੁੱਟੀਆਂ ਹੋਈਆਂ, ਤਾਂ ਮੈਂ ਇੱਧਰ ਨੂੰ ਦਿੱਲੀ ਏਅਰਪੋਰਟ 'ਤੇ ਉਹਦੀ ਸਕੈਨਿੰਗ ਕੀਤੀ ਮੇਰੀ, ਉਹਦੇ ਵਿੱਚ ਮੈਂ ਠੀਕ ਪਾਇਆ ਗਿਆ, ਬੁਖਾਰ ਦੇਖਿਆ ਠੀਕ ਪਾਇਆ ਗਿਆ। ਪਰ ਉੱਥੇ ਇੱਕ ਫਾਰਮ ਉਹ ਦਿੰਦੇ ਆ, ਪਰ ਉਹ 'ਤੇ ਮੈਂ ਆਪ ਲਿਖਿਆ ਵੀ ਮੈਨੂੰ ਉੱਥੇ 4 ਦਿਨ ਪਹਿਲਾਂ ਬੁਖਾਰ ਆਇਆ ਸੀ, ਠੀਕ ਹੋ ਗਿਆ ਸੀਗਾ, ਬੱਚੇ ਨੂੰ ਮੈਂ ਖੰਘ ਲਿਖੀ ਸੀ, ਮਾੜੀ ਜਿਹੀ ਖੰਘ ਸੀ, ਅਤੇ ਵਾਈਫ ਨੂੰ ਮੈਂ ਆਪਣੀ ਨੂੰ ਲਿਖਿਆ ਸੀਗਾ ਵੀ ਮਾੜੀ ਸਾਹ ਦੀ ਪ੍ਰੋਬਲਮ, ਮੈਂ ਆਪਣੇ ਚੈੱਕਅਪ ਕਰਾਉਣਾ ਚਾਹੁੰਦਾ ਸੀ, ਪਰ ਉੱਥੇ ਕੋਈ ਚੀਜ਼ ਆਈ ਨਹੀਂ। ਠੀਕ ਹੈ, ਮੁੜ ਕੇ ਸਾਡੀ ਉੱਥੇ 7 ਘੰਟੇ ਸਟੇਅ ਸੀਗੀ, ਉਹ ਤੋਂ ਬਾਅਦ ਮੈਂ ਅੰਮ੍ਰਿਤਸਰ ਆਇਆ, ਅੰਮ੍ਰਿਤਸਰ ਵੀ ਮੈਂ ਠੀਕ ਪਾਇਆ ਗਿਆ, ਉਹਨੇ ਜੋ ਕੁਛ ਸਕੈਨ ਆਪਣਾ ਬੁਖਾਰ ਦੇਖਿਆ ਠੀਕ ਸੀ, ਪਰ ਮੈਂ ਉਹਨਾਂ ਇੱਕ ਸੋਝਾ ਡਾਕਟਰ ਸੀਗਾ ਕੋਈ 60 ਸਾਲ ਦੀ ਉਮਰ ਦਾ, ਮੈਂ ਉਹਨੂੰ ਸਿਫਾਰਿਸ਼ ਕੀਤੀ, ਆਪਣੇ ਉਹਨੂੰ ਸਵਾਲ ਕੀਤਾ ਵੀ ਮੈਂ ਕੋਈ ਹੋਸਪਿਟਲ ਲੈਣਾ ਚਾਹੁੰਦਾ ਹਾਂ ਅਤੇ ਮੈਂ ਆਪਣਾ ਚੈੱਕਅਪ ਕਰਾਉਣਾ ਚਾਹੁੰਦਾ ਹਾਂ। ਉਹਨੇ ਮੈਨੂੰ ਵੇਟ ਕਰਨ ਨੂੰ ਕਿਹਾ ਵੀ 1/2 ਘੰਟਾ ਬਹਿ ਜਾਓ, ਮੈਂ ਸਾਈਡ 'ਤੇ ਮੇਰੇ ਕੋਲ ਹੈਂਡ ਬੈਗ ਹੀ ਸੀਗੇ, ਨਾ ਕਿ ਮੇਰੇ ਕੋਲ ਕੋਈ ਆਪਣਾ ਹੋਰ ਚੀਜ਼ ਸੀਗੀ ਜਿਹੜੀ ਮੈਂ ਉੱਧਰਲੇ ਬੰਨੇ ਲੈਣ ਜਾਣਾ ਸੀਗਾ, ਮੈਂ ਉੱਥੇ ਬੈਠਾ ਰਿਹਾ ਬਹਿ ਕੇ, ਤਾਂ ਪਾਸਪੋਰਟ ਵੀ ਉਹਨਾਂ ਨੂੰ ਮੈਂ ਦੇ ਦਿੱਤੇ ਡਾਕਟਰਾਂ ਨੇ, ਉਹਨੇ ਉੱਥੋਂ ਸਟੈਂਪ ਕਰਾ ਕੇ, ਤਾਂ ਉਹ ਜਿਹਨੇ ਨੇ ਚੈੱਕ ਕੀਤੇ ਉਹਨੇ ਵੀ ਬੜੇ ਇੰਨਾ ਹੱਥ ਧੋਤੇ, ਫਿਰ ਚੈੱਕ ਕਰਕੇ ਪਾਸਪੋਰਟ ਸਾਨੂੰ ਮੋੜ ਦਿਆ ਉੱਥੇ ਉੱਥੇ। ਫਿਰ ਸਾਨੂੰ 1/2 ਘੰਟੇ ਬਾਅਦ ਐਂਬੂਲੈਂਸ ਆ ਗਈ, ਰਨਵੇ 'ਤੇ ਆ ਗਈ, ਪਿਛਲੇ ਦਰਵਾਜ਼ੇ ਰਾਹੀਂ ਸਾਡਾ ਸਕੈਨ ਕਰਕੇ ਬੈਗ ਅਤੇ ਸਾਨੂੰ ਚੈੱਕ ਕਰਕੇ, ਤਾਂ ਪਿਛਲੇ ਦਰਵਾਜ਼ੇ ਰਾਹੀਂ ਐਂਬੂਲੈਂਸ 'ਚ ਭੇਜਿਆ, ਨਾ ਮੈਂ ਕਿਸੇ ਦੇ ਸੰਪਰਕ 'ਚ ਆਇਆ, ਅਤੇ ਮੈਂ ਵਿੱਥ ਬਣਾ ਕੇ ਪਹਿਲੇ ਬੈਠਾ ਰਿਹਾ, ਉੱਥੋਂ ਵੀ ਮੈਂ ਮਾਸਕ ਰਹੇ ਆਪਾਂ 3 ਜੀਆਂ ਨੇ ਲਾਏ ਉਸ ਵੇਲੇ। ਠੀਕ ਹੈ, ਅਤੇ ਪਲੇਨ ਦੇ ਵਿੱਚ ਵੀ ਆਪਾਂ ਐਨ ਸਹੀ ਤਰ੍ਹਾਂ ਨਾਲ ਬਾਥਰੂਮ ਵੀ ਯੂਜ, ਉਹਨਾਂ ਨੂੰ ਪਤਾ ਦੱਸਿਆ ਗਿਆ ਇੱਕ ਬਾਥਰੂਮ ਜਿਹੜਾ ਵੱਖਰਾ ਪਿਛਲੇ ਬੰਨੇ ਉਹ ਯੂਜ ਕੀਤਾ, ਬਿਲਕੁਲ ਵਿੱਥ ਬਣਾ ਕੇ ਚੱਲੇ, ਏਅਰਪੋਰਟ 'ਤੇ ਵੀ ਵਿੱਥ ਬਣਾ ਕੇ ਬੈਠੇ ਰਹੇ। ਉਹ ਤੋਂ ਬਾਅਦ ਜਿਹੜੇ ਇਹਨਾਂ ਨੇ ਰਨਵੇ 'ਤੇ ਸਾਨੂੰ ਐਂਬੂਲੈਂਸ ਦਿੱਤੀ, ਉਹਦੇ ਵਿੱਚ ਵੀ ਉਹ ਬੰਦੇ ਆ ਜਿਹੜੇ ਆਏ ਡਾਕਟਰ ਆਏ, ਵਰਦੀਆਂ ਪਾਈਆਂ ਸੀ, ਉਹ ਹੋਸਪਿਟਲ ਗੁਰੂ ਨਾਨਕ ਹੋਸਪਿਟਲ ਹੀ ਰਹਿੰਦਾ, ਗੁਰੂ ਨਾਨਕ ਹੋਸਪਿਟਲ, ਹਾਂਜੀ ਅੰਮ੍ਰਿਤਸਰ। ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ ਉੱਥੇ ਆਹ ਚੀਜ਼ ਆਈ ਆ, ਪਰ ਹੁਣ ਉਹਨੇ ਵੀ ਚੈੱਕਅਪ ਕੀਤਾ, ਉਸ ਵੇਲੇ ਕੁਛ ਨਹੀਂ ਆਇਆ ਮੇਰੇ 'ਚ, ਠੀਕ ਹੈ ਜੀ। ਉਹ ਤੋਂ ਬਾਅਦ ਸਾਡੇ ਸੈਂਪਲ ਲੈ ਗਏ, ਤਾਂ ਉਸ ਵੇਲੇ ਲੈਬ ਅੰਮ੍ਰਿਤਸਰ ਹੈ ਨਹੀਂ ਸੀ, ਉਹ ਦਿੱਲੀ ਭੇਜੇ ਗਏ, ਉਹ 4 ਦਿਨ ਬਾਅਦ ਉਹਦੇ ਵਿੱਚ ਮੈਂ ਇਸ ਚੀਜ਼ ਦਾ ਮਰੀਜ਼ ਪਾਇਆ, ਹਾਂਜੀ ਪੋਜ਼ਿਟਿਵ ਆਇਆ ਇਹਦੇ ਵਿੱਚ ਜਿਲ੍ਹੇ ਆਇਆ, ਅਤੇ ਉਹ 4 ਦਿਨਾਂ ਦੇ ਵਿੱਚ ਪਹਿਲਾਂ ਤਾਂ ਮੈਨੂੰ ਖੁਰਾਕ ਉੱਥੋਂ ਵਧੀਆ ਮਿਲਣ ਲੱਗ ਪਈ, ਪਹਿਲਾਂ ਮੈਂ 2 ਦਿਨ ਸਫ਼ਰ 'ਤੇ ਲੱਗ ਗਿਆ ਖੁਰਾਕ, ਜਿੱਦਾਂ ਮੈਂ ਬ੍ਰਦਰ ਨੂੰ ਫੋਨ ਕਰਕੇ ਦੱਸਿਆ ਮੈਂ ਇੱਥੇ ਹਸਪਤਾਲ ਦੇ ਵਿੱਚ ਆਏ, ਸਵੇਰੇ ਉੱਥੇ 7 ਵਜੇ ਪਹੁੰਚ ਜਾਂਦੇ ਖੁਰਾਕ ਰੋਟੀ ਪਾਣੀ ਜਿੱਦਾਂ ਲੈ ਕੇ, ਫਿਰ ਜੂਸ, ਯਾਨੀ ਕਿ ਮੈਂ ਸੀਗਾ ਮਾਮੂਲੀ ਬੁਖਾਰ, ਮੈਨੂੰ ਬੁਖਾਰ ਠੀਕ ਹੋ ਚੁੱਕਾ ਸੀ, ਬੱਚੇ ਦੀ ਵੀ ਖੰਘ ਕੋਈ ਨੋਰਮਲ ਸੀ, ਆਪਾਂ ਸੀ ਠੀਕ ਹੈ, ਫਿੱਟ ਸੀ ਸਰੀਰ, ਬੁਖਾਰ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਸਿੰਪਟਮ ਨਹੀਂ ਸੀ? ਕੋਈ ਕੋਈ ਉਹ ਬੁਖਾਰ ਵੀ ਠੀਕ ਹੋ ਚੁੱਕਾ ਸੀ ਮਾਮੂਲੀ ਦਵਾਈ ਨਾਲ, ਪਰ ਮੈਂ ਆਪਣੇ ਇਹਨੂੰ ਕਿਹਾ ਵੀ ਮੈਂ ਘਰ ਪਰਿਵਾਰ 'ਤੇ ਜਾਣਾ ਗਾ ਹਾਂ, ਮੈਂ ਆਪਣੇ ਟੈਸਟ ਕਰਾਉਣੇ ਆ, ਉਹਨਾਂ ਦੇ ਵਿੱਚ ਜੋ ਆਇਆ ਕੁਛ ਡਰਨ ਦੀ ਲੋੜ ਨਹੀਂ, ਮੈਂ ਠੀਕ ਸੀਗਾ ਬਹੁਤ ਅੱਛਾ। ਉਹ ਤੋਂ ਬਾਅਦ ਆ ਕੇ ਮੈਨੂੰ 2-3 ਦਿਨ ਬੁਖਾਰ ਹੁੰਦਾ ਇੱਥੇ, ਉਹਦੇ ਵਿੱਚ ਵੀ ਉਹਨੇ ਦਵਾਈ ਦਿੱਤੀ, ਦਵਾਈ ਦੇਣ ਤੋਂ ਬਾਅਦ ਮੈਂ ਹੌਲੀ ਹੌਲੀ ਠੀਕ ਹੋ। ਇਹਦਾ ਮਤਲਬ ਤੁਹਾਨੂੰ ਕੋਰੋਨਾ ਬਾਰੇ ਪਹਿਲੇ ਪੂਰੀ ਜਾਣਕਾਰੀ ਸੀ, ਇਸੇ ਕਰਕੇ ਤੁਸੀਂ ਲੋਕਾਂ ਤੋਂ ਸਮਾਜਿਕ ਦੂਰੀ ਵੀ ਬਣਾ ਕੇ ਰੱਖੀ? ਮੈਨੂੰ ਉੱਥੇ ਮਹੀਨਾ ਪਹਿਲਾਂ ਆਪਾਂ ਨੈੱਟ 'ਤੇ ਦੇਖ ਰਹੇ ਸੀ ਆਹ ਪ੍ਰੋਬਲਮ ਚੱਲਦੀ, ਉੱਥੇ ਵੀ ਅਸੀਂ ਆਪਣਾ ਲਾਇਆ ਸੀ, ਪਰ ਟਿਕਟ ਮੈਂ ਕਰਾਈ ਹੋਈ, ਛੁੱਟੀਆਂ ਮਹੀਨਾ ਪਹਿਲਾਂ ਹੋ ਚੁੱਕੀਆਂ। ਬਹੁਤ ਅੱਛਾ, ਬਹੁਤ ਅੱਛਾ। ਤੁਸੀਂ ਜਿਹੜੀ ਆਪਣੀ ਜਿਹੜੀ ਸਾਨੂੰ ਜਿਹੜੀ ਤਕਲੀਫ ਮਾੜੀ ਜਿਹੀ ਸੀਗੀ, ਹਾਂਜੀ, ਉਹ ਤੁਸੀਂ ਉਸੇ ਵੇਲੇ ਡਾਕਟਰਾਂ ਨਾਲ ਸਾਂਝੀ ਕੀਤੀ? ਠੀਕ। ਇਸ ਤੋਂ ਬਾਅਦ ਤੁਹਾਨੂੰ ਆਈਸੋਲੇਸ਼ਨ ਕੇਂਦਰ 'ਚ ਲੈ ਗਿਆ, ਆਈਸੋਲੇਸ਼ਨ ਕਰਕੇ ਰੱਖਿਆ ਗਿਆ, ਹਾਂਜੀ। ਅਤੇ ਉਹ ਤੋਂ ਵੀ 4 ਦਿਨ ਬਾਅਦ ਕਿਉਂਕਿ ਰਿਪੋਰਟਾਂ ਆਈਆਂ, ਉਹਦੇ ਵਿੱਚ ਪਤਾ ਲੱਗਾ ਫਿਰ ਮੇਰੀ ਮੈਡੀਸਨ ਚੱਲ ਪਈ। ਠੀਕ ਹੈ, ਪਹਿਲਾਂ ਕੋਈ ਇੰਨੀ ਮੈਡੀਸਨ ਨਹੀਂ ਚੱਲੀ ਵੀ ਮੈਂ ਨੋਰਮਲ ਸੀਗਾ। ਠੀਕ ਹੈ ਜੀ। ਪਰ ਮੈਂ ਖੁਰਾਕ ਜਿਹੜੀ ਆ ਉਹ ਵਿਟਾਮਿਨ ਸੀ, ਉਹ ਡਾਕਟਰਾਂ ਨੇ ਵੀ ਕਿਹਾ ਗਿਆ ਵੀ ਵਿਟਾਮਿਨ ਸੀ ਲੈਣਾ, ਉਹਦੀਆਂ ਗੋਲੀਆਂ ਦਿੱਤੀਆਂ ਗਈਆਂ, ਵਿਟਾਮਿਨ ਸੀ ਦੇਖ ਲਓ ਕਿਹੜੇ ਜੂਸ 'ਚ ਆ, ਕਿਹੜੇ ਫਰੂਟ 'ਚ, ਉਹ ਡਬਲ ਕਰ ਦਿਉ ਲੈਣਾ। ਠੀਕ ਹੈ, ਠੀਕ ਆ, ਹੁਣ ਤੋਂ ਕਰ ਦਿਉ ਆਪ ਵੀ ਨੋਰਮਲ ਆ, ਜੇ ਇਹ ਪ੍ਰੋਬਲਮ ਇੱਥੇ ਆ ਵੀ ਗਈ ਆ
ਤੇ ਜਿਹੜੇ ਆਪਾਂ ਹੈਲਦੀ ਆ ਉਹ ਟਕਰਾ ਕੇ ਨਿਕਲ ਜਾਣੀ ਸਨ। ਠੀਕ ਹੈ ਠੀਕ ਹੈ ਹੁਣ ਤੁਸੀਂ ਬਿਲਕੁਲ ਠੀਕ ਆਪਣੇ ਬਿਲਕੁਲ ਮੈਂ ਕਹਿੰਦਾ ਬਿਲਕੁਲ ਫਿਟ ਹਾਂ। ਮੇਰੇ ਦੋ ਵਾਰੀ ਉਹਨੇ ਟੈਸਟ ਕੀਤੇ ਦੋਨਾਂ 'ਚ ਮੈਂ ਠੀਕ ਪਾਇਆ ਗਿਆ। ਤੁਸੀਂ ਹੁਣ ਆਪਣੇ ਪਰਿਵਾਰ ਦੇ ਵਿੱਚ ਆ ਗਏ ਆ? ਪਰਿਵਾਰ ਦੇ ਵਿੱਚ ਮੈਂ ਰਹਿੰਦਾ। ਸਰਕਾਰ ਦੇ ਗਾਈਡਲਾਈਨਾਂ ਕਿ ਤੁਸੀਂ ਜਿਹੜੀ ਹੈਗੀ ਸਮਾਜਿਕ ਦੂਰੀ ਬਣਾ ਕੇ ਰੱਖਣੀ ਆ ਉਹ ਮੈਂ ਕਹਿੰਦੇ ਹਾਂ ਵੀ 14 ਦਿਨ ਲਈ ਮੈਂ ਹਾਲੇ ਵੀ ਅੰਦਰ ਵਾਂ, ਉਹ ਤੋਂ ਬਾਅਦ ਜੋ ਗੌਰਮੈਂਟ ਕਹੂਗੀ ਮੈਂ ਉਨਾ ਮਹੀਨਾ ਕਹੂੰਗਾ ਮਹੀਨਾ ਰਹੂੰਗਾ ਅਲੱਗ, ਜਦ ਤੱਕ ਇਹ ਚੀਜ਼ ਇੱਥੇ ਖਤਮ ਨਹੀਂ ਹੋ ਜਾਂਦੀ ਮੈਂ ਅੰਦਰ ਹੀ ਰਹੂੰਗਾ। ਹੋਰ ਦੱਸੋ। ਠੀਕ ਹੈ, ਇੱਕ ਹੁਣ ਤੁਸੀਂ ਠੀਕ ਹੋ ਕੇ ਆਏ ਔਰ ਲੋਕਾਂ ਨੂੰ ਸਾਡੇ ਨਾਲ ਸੁਨੇਹਾ ਦੇਣਾ ਚਾਹੋ ਕਿ ਜਿਹੜੇ ਬਾਕੀ ਲੋਕ ਸਮਾਜਿਕ ਦੂਰੀ ਮੇਨਟੇਨ ਨਹੀਂ ਕਰਦੇ ਜਾਂ ਲੱਛਣ ਜਦੋਂ ਹੋ ਜਾਂਦੇ ਉਹ ਆਪਣੇ 'ਚ ਪਾਉਂਦੇ ਆ, ਉਹਨਾਂ ਵਾਸਤੇ ਇੱਕ ਸੁਨੇਹਾ ਜ਼ਰੂਰ ਦਿਓ ਤਾਂ ਕਿ ਜਿਹੜੇ ਲੋਕ ਵੀ ਆਪਣੇ ਲੱਛਣ ਨਾ ਛਵਾਉਣ, ਮੌਕੇ 'ਤੇ ਉਹ ਜਿਹੜੀ ਹੈਗੀ ਆ ਸਾਡੇ ਡਾਕਟਰ ਨੂੰ ਕੰਸਲਟ ਕਰਨ ਅਤੇ ਇਸ ਬਿਮਾਰੀ ਤੋਂ ਸਮਾਜਿਕ ਦੂਰੀ ਜਿਹੜੀ ਸਰਕਾਰੀ ਹਦਾਇਤਾਂ ਹੈ ਉਹਨਾਂ ਦਾ ਪਾਲਣ ਜ਼ਰੂਰ ਕਰਨ। ਉਹਦੇ ਬਾਰੇ ਜ਼ਰੂਰ ਦੱਸੋ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ? ਇਹ ਜਿਹੜੀ ਆ ਦੂਰੀ ਆ ਗੌਰਮੈਂਟ ਨੇ ਪਹਿਲਾਂ ਵੈਸੇ ਤਾਂ ਕਰਤਾ ਆ, ਕਰਫਿਊ ਲਾ ਦਿੱਤਾ ਆ, ਫਿਰ ਸੰਪਰਕ ਟੁੱਟੇ ਗਿਆ ਲੋਕਾਂ ਦਾ ਘਰਾਂ ਦੇ ਅੰਦਰ ਹੀ ਆ, ਬਹੁਤ ਵਧੀਆ ਆ। ਘਰ ਦੇ ਵਿੱਚ ਵੀ ਜੇ ਕਿਸੇ ਨੂੰ ਹੁਣ ਸ਼੍ਰੀ ਅਨੰਦਪੁਰ ਸਾਹਿਬ ਕੋਈ ਗਏ ਪਿੱਛੇ ਜਾਂ ਉਸ ਵੇਲੇ ਉਹ ਪ੍ਰੋਬਲਮ 7 ਤਰੀਕ ਨੂੰ ਮਾਰਚ ਦੇ ਉਹ ਆਏ ਸੀ ਬਾਬਾ ਜੀ, ਜੇ ਕੋਈ ਉਹਦੇ ਸੰਪਰਕ ਦੇ ਵਿੱਚ ਆਇਆ ਬੁਖਾਰ ਚੜਿਆ ਉਹਨਾਂ ਦਿਨਾਂ ਦੇ ਵਿੱਚ, ਉਸ ਬੰਦੇ ਨੂੰ ਆਪਣਾ ਟੈਸਟ ਕਰਾ ਲੈਣੇ ਚਾਹੀਦੇ ਆ। ਡਾ ਉਹ ਜੇ ਬੁਖਾਰ ਚੜਿਆ ਉਹਨੂੰ ਪਹਿਲਾਂ ਤਾਂ ਘਰ 'ਚ ਲੱਗੇ ਰਹਿਣਾ ਚਾਹੀਦਾ, ਨਿਆਣਿਆਂ ਨੂੰ ਨਾ ਦੂਜਾ ਹੋਵੇ ਕਿਸੇ ਦੇ ਨੂੰ। ਬਹੁਤ ਅੱਛਾ, ਠੀਕ ਹੈ ਜੀ। ਆਪਣੇ ਪਰਿਵਾਰ ਦੇ ਵਿੱਚ ਹੀ ਅਲੱਗ ਕਮਰੇ 'ਚ ਕਰ ਲਵੇ, ਜੇ ਉਹਨੂੰ ਫਿਰ ਬੁਖਾਰ ਠੀਕ ਹੋ ਵੀ ਗਿਆ 10-12-14 ਦਿਨ ਲਈ ਅਲੱਗ ਰਹਿ ਲਵੇ ਕਮਰੇ ਦੇ ਵਿੱਚ, ਬਾਥਰੂਮ ਵੀ ਅਲੱਗ ਵਰਤ ਲਵੇ। ਪਰ ਵਿਟਾਮਿਨ ਸੀ ਹੁਣ ਜਿੰਨੇ ਵੀ ਆਪਣੇ, ਮੈਂ ਲੋਕਾਂ ਨੂੰ ਇਹੀ ਮੈਸੇਜ ਦਊਂਗਾ ਵੀ ਵਿਟਾਮਿਨ ਸੀ ਆ ਜਿਹੜਾ ਉਹ ਜ਼ਿਆਦਾ ਲੈ ਲਓ। ਇਹ ਵਿਟਾਮਿਨ ਸੀ ਨਾਲ ਡਾਕਟਰ ਕਹਿੰਦੇ ਆ ਵੀ ਲੈਣ ਨਾਲ ਜਿਹੜੀ ਬਿਮਾਰੀ 80% ਤਾਂ ਉਵੇਂ ਬੰਦੇ 'ਚ ਟਕਰਾ ਕੇ ਨਿਕਲ ਜਾਂਦੀ। ਹੁਣ ਇਹ ਦੇਖੋ ਵੀ ਵਿਟਾਮਿਨ ਸੀ ਕਿਹੜੀ ਚੀਜ਼ 'ਚ, ਗੋਲੀਆਂ ਦੇ ਵਿੱਚ ਵੀ ਆ, ਗੋਲੀਆਂ ਨਾਲ ਕੋਈ ਵਧੀਆ ਖੁਰਾਕ ਕਰ ਲਓ, ਬਾਕੀ ਜੇ ਹੁਣ ਘਰ ਦੇ ਅੰਦਰ ਉਹ ਐਕਸਰਸਾਈਜ਼ ਕਰੀ ਚਲੋ, ਸਾਹ ਤੋਂ ਕਹਿੰਦੇ ਜਿਹੜਾ ਲੰਬੇ ਸਾਹ ਲੈਣੇ ਆ ਜੀ, ਅਤੇ ਬਾਕੀ ਇਹ ਚੀਜ਼ ਹੈ। ਮੈਂ ਤਾਂ ਡਾਇਟ ਦੇ ਸਿਰ 'ਤੇ ਹੀ ਥੋੜ੍ਹਾ ਫਿੱਟ ਹੋ ਗਿਆ, ਜਿਹੜੀਆਂ ਦਵਾਈਆਂ ਆ ਮੈਡੀਸਨ ਉਹ ਜਿਹੜੀ ਅੱਜ ਕੱਲ੍ਹ ਹੈਗੀ ਆ ਚੱਲ ਰਹੀ ਉਹ। ਇਹ ਜ਼ਿਆਦਾ ਠੰਡ ਲੱਗਣ ਨਾਲ ਵੀ ਬੁਖਾਰ ਹੋ ਜਾਂਦਾ, ਜਿੱਦਾਂ ਮਲੇਰੀਆ ਦੇ ਲੱਛਣ ਵੀ ਪਾਏਗਾ ਇਹਦੇ 'ਚ। ਹੁਣ ਤੁਸੀਂ ਇਹ ਦੇਖ ਲਓ ਵੀ ਬਿੱਥ ਤਾਂ ਇਹਦੇ ਵਿੱਚ ਜ਼ਰੂਰੀ ਹੈ, ਜੇ ਕਿਸੇ ਨੂੰ ਹੁਣ ਛੇਕਾਂ ਆਉਂਦੀ ਆ ਉਹਦਾ ਕਿੰਨਾ ਕੁ ਹੋਣਾ ਚਾਹੀਦਾ ਆ ਉਹ ਹੁਣ ਤੁਸੀਂ ਆਪ ਸਿਆਣੇ ਆ। ਘਬਰਾਉਣ ਦੀ ਲੋੜ ਇਹ ਆ ਵੀ ਹੁਣ ਤੋਂ ਤੁਸੀਂ ਜੇ ਖੁਰਾਕ ਆਪਣੀ ਫਿੱਟ ਕਰ ਲਈ, ਸਲਾਦ ਖਾਣ ਲਾ ਪਾਓ, ਫਰੂਟ ਖਾਣ ਲਾ ਪਾਓ, ਜੋ ਕੁਛ ਮਿਲਦਾ ਸਭ ਤੋਂ, ਮੈਂ ਤਾਂ ਜ਼ਿਆਦਾ ਛੋਲਿਆਂ ਦੀ ਤਰੀ ਦਾ ਸੂਪ ਪੀਤਾ, ਛੋਲਿਆਂ ਦੀ ਸਬਜ਼ੀ ਨਾਲ ਰੋਟੀ ਖਾਧੀ ਮਹੀਨਾ, ਰੋਜ਼ ਮੈਨੂੰ ਸੂਪ ਜਾਂਦਾ ਸੀ ਗਰਮ ਪਾਣੀ। ਠੀਕ ਹੈ, ਤੁਹਾਡੇ ਹਿਸਾਬ ਦੇ ਨਾਲ ਮਤਲਬ ਅੱਛੀ ਖੁਰਾਕ, ਚੰਗੀ ਸੋਚ, ਪਰਿਵਾਰ ਚ ਬਿਮਾਰੀ ਲੈ ਕੇ ਆਏ, ਜਿਹੜਾ ਬਾਹਰ ਵਾਲਾ ਬੰਦਾ ਆ ਰਿਹਾ ਹੈ ਨਾ ਉਹ ਬਿਮਾਰੀ ਲੈ ਕੇ ਆ ਰਿਹਾ, ਜਿੱਦਾਂ ਉੱਥੇ ਬਾਹਰ ਆਏਗਾ ਤੁਸੀਂ ਦੇਖਦੇ, ਮੈਂ ਰੋਜ਼ ਨਿਊਜ਼ ਦੇਖਦਾ ਆ, ਮੈਂ ਡਰਿਆ ਡੁਰਿਆ ਨਹੀਂ ਵੀ ਕਿਉਂ ਏਦਾਂ ਦੀ ਗੱਲ, ਮੈਂ ਨਿਊਜ਼ ਰੋਜ਼ ਦੇਖਦਾ ਵੀ ਕੀ ਹੋ ਰਿਹਾ ਇੱਥੇ। ਠੀਕ ਹੈ, ਹੁਣ ਇੱਥੇ ਇਹ ਚੀਜ਼ ਆ ਸਾਨੂੰ ਬਚਾਅ ਕਰਨ ਦੀ ਲੋੜ ਆ ਵੀ ਘਰਾਂ ਦੇ ਵਿੱਚ ਆਇਆ, ਠੀਕ ਆ ਵੀ ਕਾਰੋਬਾਰ ਹਰੇਕ ਬੰਨੇ ਠੱਪ ਹੋ ਗਿਆ, ਗੌਰਮੈਂਟ ਕਰ ਰਹੀ ਆ ਵੀ ਹੁਣ ਜਿਹੜਾ ਕੋਈ ਗਰੀਬ ਆ ਉਹਨੂੰ ਅਨਾਜ ਦੇ ਰਹੀ ਆ, ਜੋ ਵੀ ਸਿਸਟਮ ਹੋ ਰਿਹਾ ਆ, ਚਲੋ ਮਹੀਨਾ ਖੰਡ ਇਹ ਚੀਜ਼ ਆ, ਜੇ ਇਹਦੇ ਨਾਲ ਗਰਮੀ ਵੀ ਵੱਧ ਜਾਂਦੀ ਆ ਤਾਂ ਉੱਦਾਂ ਹੀ ਇਹ ਬਿਮਾਰੀ ਟਲ ਜਾਣੀ। ਥੈਂਕਸ, ਠੀਕ, ਧੰਨਵਾਦ। ਪੰਜਾਬ ਸਰਕਾਰ ਬਹੁਤ ਵਧੀਆ ਕਰ ਰਹੀ, ਹੋਸਪਿਟਲਾਂ 'ਚ ਵੀ ਕਰ ਰਹੀ ਆ, ਮੂਹਰੇ ਹੋ ਕੇ ਆਪ ਤੁਰਨ ਦੀ ਲੋੜ ਆ, ਜੇ ਕੋਈ NRI ਭਰਾ ਆਇਆ ਆ ਜੇ ਕਿਸੇ ਨੂੰ ਪ੍ਰੋਬਲਮ ਆ ਮੂਹਰੇ ਹੋ ਕੇ ਜਾਓ, ਪਰਿਵਾਰ ਨੂੰ ਨਾ ਆਪਣੇ ਨੂੰ ਖਰਾਬ ਕਰੋ ਨਾ ਪਿੰਡ ਨੂੰ ਖਰਾਬ ਕਰੋ, ਠੀਕ ਹੈ, ਇਹ ਮੇਰਾ ਮੈਸੇਜ ਆ। ਹੋਰ ਤਾਂ ਬਾਕੀ ਤੁਸੀਂ ਆਪ ਸਿਆਣੇ। ਦੇਖੋ, COVID-19 ਦੇ ਸੰਬੰਧ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ ਉਹਦੇ ਪ੍ਰਿੰਸੀਪਲ ਅਡੋਪਟ ਕਰਨੇ ਚਾਹੀਦੇ ਨੇ, ਆਪਣੇ ਘਰ ਦੇ ਵਿੱਚ ਇਕਾਂਤਵਾਸ ਦੇ ਵਿੱਚ ਬਚ ਕੇ ਰਹਿਣਾ ਚਾਹੀਦਾ। ਇਹ ਵਾਇਰਸ ਜਿਹੜੀ ਟਰਾਂਸਮਿਸ਼ਨ ਹੈ ਤਾਂ ਹੀ ਰੁਕ ਸਕਦੀ ਹੈ ਜੇ ਆਪਾਂ ਇਕਾਂਤਵਾਸ ਦੇ ਵਿੱਚ ਰਹਾਂਗੇ, ਔਰ ਆਪਣੀ ਜਿਹੜੀ ਇਮਿਊਨਿਟੀ ਹੈ ਉਹ ਇਮਿਊਨਿਟੀ ਬਿਲਡਅਪ ਕਰਕੇ ਰੱਖਣੀ ਚਾਹੀਦੀ ਹੈ, ਕਿਉਂਕਿ ਅਗਰ ਇਮਿਊਨਿਟੀ ਕਿਸੇ ਦੀ ਕਿਸੇ ਕਾਰਨ ਕਰਕੇ ਡਾਊਨ ਹੁੰਦੀ ਹੈ ਤਾਂ ਉਹਦੇ ਜਿਹੜੇ ਵਾਇਰਸ ਦੇ ਟਰਾਂਸਮਿਸ਼ਨ ਦੇ ਚਾਂਸਿਸ ਨੇ ਉਹ ਲੋ ਇਮਿਊਨਿਟੀ ਵਾਲੇ ਬੰਦੇ ਵਾਸਤੇ ਦੇ ਵਿੱਚ ਜ਼ਿਆਦਾ ਚਾਂਸਿਸ ਵੱਧ ਜਾਂਦੇ ਆ, ਔਰ ਉਹਦੇ ਵਿੱਚ ਜਿਹੜੀ ਇਮਿਊਨਿਟੀ ਲੋ ਹੋਣ ਕਰਕੇ ਡਿਜ਼ੀਜ਼ ਭਿਆਨਕ ਰੂਪ ਵੀ ਤਿਆਰ ਕਰ ਸਕਦੀ ਹੈ। ਸੋ ਇਹਦੀ ਇਮਿਊਨਿਟੀ ਨੂੰ ਇਨਕਰੀਜ਼ ਕਰਨ ਵਾਸਤੇ ਘਰੇਲੂ ਉਪਚਾਰ ਜ਼ਿਆਦਾ ਕਰਨੇ ਚਾਹੀਦੇ ਆ, ਜਿਵੇਂ ਕਿ ਚੰਗੀ ਖੁਰਾਕ ਖਾਣੀ ਚਾਹੀਦੀ ਹੈ, ਖੁਰਾਕ ਦੇ ਵਿੱਚ ਪ੍ਰੋਟੀਨ ਡਾਇਟ ਜਿਹੜੀ ਹੈਗੀ ਹੈ ਖਾਸ ਕਰਕੇ ਦਾਲਾਂ ਔਰ ਹਰੀ ਪੱਤੇਦਾਰ ਸਬਜ਼ੀਆਂ ਔਰ ਨਟਸ ਜਿਹੜੇ ਨੇ ਉਹ ਜਿਹੜੇ ਡਰਾਈ ਨਟਸ ਨੇ ਇਹ ਪ੍ਰੋਟੀਨ ਡਾਇਟਸ ਜਿਹੜੀਆਂ ਕਾਫੀ ਇਮਿਊਨਿਟੀ ਨੂੰ ਇੰਪਰੂਵ ਕਰਦੀਆਂ ਨੇ, ਖਾਸ ਕਰਕੇ ਦੂਸਰੇ ਜਿਹੜੇ ਦੇਸੀ ਘਰੇਲੂ ਉਪਚਾਰ ਨੇ ਜਿਵੇਂ ਜਿੰਜਰ ਹੈ, ਅਦਰਕ ਹੈ ਔਰ ਹਲਦੀ ਹੈ ਔਰ
इस तरह दी जड़ियां चीज़ां जड़ियां लहसुन है इन्हां दी मात्रा जड़ी ज़्यादा यूज करनी चाहिए इन्हां दे घर दे जड़े खाण पीन दे समान दे विच और जिहदे करके इम्यूनिटी जड़ी साड़ी इंप्रूव होंदी है और नाल दी नाल जड़े जड़े खास करके जिन्हां नूं शुगर दे पेशेंट हैगे है वो शुगर दे पेशेंट्स नूं अपनी या ब्लड प्रैशर दे पेशेंट है या उन्हां दे होर कार्डिक डिजीज़ दे पेशेंट है उन्हां दे पेशेंट्स नूं अपनी दवाई जड़ी है लगातार ले लेनी चाहिए है और शुगर के जोड़े टैसट है बैलेंस रखने वास्ते शुगर चैक करने वास्ते बार बार चैक करवा लें ता कि उन्होंने शुगर जी उन्होंने पता लगता रहे कि उन्होंने शुगर नॉर्मल है ता कि जो उन्होंने इम्यूनिटी है वो बनी रहे। एक विटामिन सी की डॉक्टर साहब कहते विटामिन सी की ये हाँ विटामिन सी का रोल इम्यूनिटी बिल्ड करने वास्ते ही होंगे और विटामिन सी भी जड़िया चीज़ों के होंगे जिमें आंवला हो गया इन्हां जिहड़ियां नैचुरल प्रोडक्ट्स ने साडे उन्हां विच भी प्लस अपनी जिहड़ी विटामिन सी अपनी टैबलेट्स भी होंदियां टैबलेट फॉर्म च भी होंदियां वो भी अपन लै सकते हैं और जिवें सिट्रस फ्रूट्स ने जिहड़े उन्हां दे विच भी जिहड़ा विटामिन सी काफ़ी पाया जाता और मरिंगा खास करके जिहड़े सुहांजणां दीआं फलियां जिहनूं कहिंदे आपां उहनां दे भी जिहड़ा उहदे भी इस्तेमाल कीता जा सकदा उहदे च भी काफ़ी मात्रा दे विच ਵਿਟਾਮਿਨ ਸੀ ਪਾਇਆ ਜਾਂਦਾ ਸਰ ਇਹ ਤਾਂ ਕਹਿੰਦੇ ਨੇ ਜਿੱਦਾਂ 60 ਸਾਲ ਦੀ ਉਮਰ ਤੋਂ ਉੱਤੇ ਹੋ ਜਾਂਦੇ ਜਾਂ ਜਿਹਨਾਂ ਦੀ ਉਹਨਾਂ ਨੂੰ ਜਲਦੀ ਇਹ ਵਾਇਰਸ ਹੁੰਦਾ ਆ ਜਾਂ ਜਿੱਦਾਂ ਕੋਈ ਛੋਟੇ ਬੱਚੇ ਹੁੰਦੇ 60 ਸਾਲ ਦੀ ਉਮਰ ਦੇ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੀ ਉਮਰ ਜਿਵੇਂ ਜਿਵੇਂ ਏਜ ਵੱਧਦੀ ਹੈ ਉਵੇਂ ਉਵੇਂ ਇਮਿਊਨਿਟੀ ਘੱਟਦੀ ਹੈ ਬੰਦੇ ਦੀ ਸੋ ਇਮਿਊਨਿਟੀ ਨਾਲ ਰਿਲੇਟਡ ਹੈਗੀ ਹੈ ਏਜ ਰਿਲੇਟਡ ਇਮਿਊਨਿਟੀ ਜਿਹੜੀ ਉਹ ਓਲਡ ਏਜ ਦੇ ਵਿੱਚ ਘੱਟ ਜਾਂਦੀ ਹੈ ਇਮਿਊਨਿਟੀ ਇਸ ਕਰਕੇ ਕਹਿੰਦੇ ਹਾਂ ਕਿ ਓਲਡ ਏਜ ਦੇ ਪੇਸ਼ੈਂਟਸ ਨੂੰ ਖਾਸ ਕਰਕੇ ਆਪਣਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਉਹਨਾਂ ਨੂੰ ਇਕਾਂਤ ਵਾਸਤੇ ਵਿੱਚ ਜ਼ਿਆਦਾ ਰਹਿਣਾ ਚਾਹੀਦਾ ਔਰ ਜੇ ਸੈਰ ਕਰਨੀ ਹੈ ਤਾਂ ਘਰ ਦੇ ਅੰਦਰ ਹੀ ਸੈਰ ਕਰਨੀ ਹੈ ਘਰ ਦੇ ਬਾਹਰ ਸੈਰ ਨਹੀਂ ਕਰਨੀ।